ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਵੀ ਮੈਂ ਜਿਹੜਾ ਹੈ ਇਹ ਵੀਡੀਓ ਤਾਂ ਬਣਾ ਰਿਹਾ, ਪਹਿਲਾਂ ਮੈਂ ਤੁਹਾਨੂੰ ਦਿਖਾਵਾਂ ਵੀ ਕਿਆ ਚੀਜ਼ ਆ ਵੀ। ਆਹ ਦੇਖੋ ਇੱਕ ਮੈਂ ਬੂਟਾ ਲਾਇਆ ਇੱਥੇ ਜੀ, ਆਹ ਕਿੱਥੇ ਗਿਆ ਉਹ ਬੂਟਾ, ਆਹ ਵਾਲਾ ਬੂਟਾ ਜਿਹੜਾ ਹੈ ਕਿੱਧਰ ਨੂੰ ਗਿਆ, ਆਹ ਵਾਲਾ ਆਹ ਬੂਟਾ ਮੈਂ ਲਗਾਇਆ। ਇਹ ਲਾਇਆ ਮੈਂ ਬਿਲਕੁਲ ਬਾਈਪਾਸ ਦੇ ਨੇੜੇ ਆ, ਅਤੇ ਮੇਰੇ ਇਹ ਦੱਸਣ ਦਾ ਮਤਲਬ ਇਹ ਆ ਵੀ ਘਰੇ ਇਹ ਮੇਰਾ ਜਿਹੜਾ ਹੈ ਬੂਟਾ ਪਿੱਪਲ ਦਾ ਉੱਗ ਗਿਆ ਸੀ। ਅਤੇ ਲੋਕ ਕਹਿੰਦੇ ਆ ਅਕਸਰ ਵੀ ਪਿੱਪਲ ਦਾ ਬੂਟਾ ਜਿਹੜਾ ਹੈ ਘਰੇ ਉੱਗ ਜੇ ਪੱਟਣਾ ਨਹੀਂ ਚਾਹੀਦਾ, ਜਾਂ ਫਿਰ ਇਹ ਇੱਦਾਂ ਹੁੰਦਾ ਉੱਦਾਂ ਹੁੰਦਾ। ਨਹੀਂ, ਇਹ ਬ੍ਰਹਮਾ ਜੀ ਦਾ ਇਹਦੇ ਵਿੱਚ ਵਾਸ ਹੁੰਦਾ, ਪਰ ਇਹ ਨਹੀਂ ਹੈ ਵੀ ਆਪਾਂ ਇਸ ਬੂਟੇ ਨੂੰ ਕਦੇ ਪੱਟ ਨਹੀਂ ਸਕਦੇ ਹਾਂ, ਐਸੀ ਕੋਈ ਗੱਲ ਨਹੀਂ ਹੈ। ਸੋ ਮੈਂ ਘਰੋਂ ਇਹ ਬੂਟਾ ਮੇਰੇ ਲੱਗਿਆ ਹੋਇਆ ਸੀ, ਮੈਂ ਇਹਨੂੰ ਪੱਟ ਕੇ, ਇਹਦੀ ਵਿਧੀ ਹੁੰਦੀ ਹੈ ਵੀ ਜਦੋਂ ਵੀ ਤੁਸੀਂ ਇਹ ਘਰੋਂ ਪੱਟਣਾ ਅਤੇ ਪੱਟ ਕੇ ਇਹਨੂੰ ਫਿਰ ਕਿਸੇ ਥਾਂ ਦੇ ਉੱਤੇ ਲਗਾਉਣਾ, ਇਹ ਨਹੀਂ ਵੀ ਪੱਟ ਕੇ ਸੁੱਟ ਦੇਣਾ, ਕਿਉਂਕਿ ਇੱਕ ਆਹੀ ਪੇੜ ਆ ਜਿਹਦੇ ਵਿੱਚ ਬ੍ਰਹਮ ਦੇਵਤਾ ਦਾ ਵਾਸ ਹੁੰਦਾ। ਸੋ ਇਹ ਜਿਹੜਾ ਪੇੜ ਹੈ ਮੈਂ ਪੱਟ ਕੇ ਸੁੱਟਿਆ ਨਹੀਂ ਹੈ, ਇਹ ਪੇੜ ਨੂੰ ਮੈਂ ਇੱਥੇ ਲਗਾਇਆ ਬਾਈਪਾਸ ਦੇ ਨੇੜੇ। ਇੱਥੇ ਪਾਰਕ ਰਜੰਸੀ ਹੋਟਲ ਹੈ, ਤੁਸੀਂ ਦੇਖ ਸਕਦੇ ਹਾਂ ਆਹ ਪਾਰਕ ਰਜੰਸੀ ਹੋਟਲ ਹੈਗਾ ਬਾਈਪਾਸ ਦੇ ਨੇੜੇ। ਸੋ ਇਹ ਮੇਰਾ ਬੂਟਾ ਲਾਉਣ ਦੇ ਦੋ ਮਕਸਦ ਹੈ ਜੀ ਜੋ ਸਾਂਝੇ ਕਰ ਰਹੇ ਹਾਂ। ਪਹਿਲਾ ਇਹ ਵੀ ਪੀਪਲ ਦਾ ਪੇੜ ਜਿਹੜਾ ਕਹਿੰਦਾ ਵੀ ਪੱਟ ਕੇ ਆਪਾਂ ਨਹੀਂ ਪੱਟ ਸਕਦੇ, ਸੋ ਪੱਟ ਸਕਦੇ ਹਾਂ, ਪੱਟਣ ਤੋਂ ਬਾਅਦ ਉਹਦੇ ਲਗਾਉਣ ਦੀ ਵਿਧੀ ਹੁੰਦੀ ਹੈ, ਉਹਨੂੰ ਕਿਤੇ ਵੀ ਤੁਹਾਨੂੰ ਦੂਜੀ ਥਾਂ 'ਤੇ ਲਾਉਣਾ ਹੁੰਦਾ ਅਤੇ ਜਾੜੀ ਨੇ ਆਪਣੇ ਆਪ ਮਿੱਟੀ ਨਾਲ ਅਟੈਚ ਹੋ ਜਾਂਦੀ ਹੈ ਅਤੇ ਆਪਣੇ ਆਪ ਹੀ ਚੱਲਣ ਲੱਗ ਜਾਂਦਾ, ਪਾਣੀ ਦੀ ਇਹਨੂੰ ਲੋੜ ਨਹੀਂ ਹੁੰਦੀ। ਦੂਜੀ ਗੱਲ ਹੈ ਵੀ ਪੇੜ ਲਾਉਣਾ ਬਹੁਤ ਜ਼ਰੂਰੀ ਹੈ। ਹੁਣੇ ਮੈਂ ਸਿੱਟ ਦਿੰਦਾ ਅਤੇ ਇਹਨੇ ਬੇਕਾਰ ਹੋ ਜਾਣਾ ਸੀ, ਹੁਣ ਇਹ ਮੈਂ ਬੂਟਾ ਇੱਥੇ ਆ ਕੇ ਲਾਤਾ, ਇੱਕ ਘੰਟਾ ਲੱਗਿਆ, ਪਰ ਇਹਦੇ ਨਾਲ ਅੱਜ ਨਹੀਂ ਕਦੀ 2 ਸਾਲ ਨੂੰ 4 ਸਾਲ ਨੂੰ ਇਹਨੇ ਬੜਾ ਹੋਣਾ, ਇਹਨੇ ਛਾਂ ਦੇਣਾ, ਪਤਾ ਨਹੀਂ ਕਿੰਨੇ ਰਾਹ ਗਿਰਿਆਂ ਨੂੰ ਇਹਨੇ ਜਿਹੜੀ ਹੈ ਛਾਂ ਦੇਣੀ ਹੈ। ਸੋ ਬੜਾ ਆਨੰਦ ਆਇਆ, ਇੱਕ ਤਾਂ ਬੂਟਾ ਬੇਕਾਰ ਨਹੀਂ ਗਿਆ, ਇੱਕ ਛਾਂ ਦਊਗਾ ਆਉਣ ਵਾਲੇ ਸਾਲ 'ਚ, ਫਾਇਦੇ ਹੀ ਫਾਇਦੇ ਆ, ਤਾਂ ਨੁਕਸਾਨ ਕੋਈ ਨਹੀਂ ਹੈ, ਇੱਕ ਸੋਹਣਾ ਵੀ ਬਹੁਤ ਲੱਗ ਰਿਹਾ ਹੁਣੇ ਤੋਂ ਹੀ। ਸੋ ਇਹ ਪਾਰਕ ਏਜੰਸੀ ਦੇ ਬਿਲਕੁਲ ਨਾਲ ਮੈਂ ਇਹ ਬੂਟਾ ਲਾਇਆ, ਲੰਘਦੇ ਵੜਦੇ ਦੇਖਿਓ ਜ਼ਰੂਰ, ਠੀਕ ਹੈ ਜੀ।